ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਬੰਦੇ ਭਾਰਤ ਐਕਸਪ੍ਰੈਸ ਨਾਂ ਦੀ ਟ੍ਰੇਨ ਚਲਾਈ ਹੈ ਜੋ ਮਹਿਜ 8 ਘੰਟਿਆਂ ਵਿੱਚ ਤੁਹਾਨੂੰ ਦਿੱਲੀ ਤੋਂ ਕਟੜਾ ਪਹੁੰਚਾ ਦੇਵੇਗੀ। ਜੀ ਹਾਂ, ਇਹ ਟ੍ਰੇਨ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਚੱਲੇਗੀ ਅਤੇ 8:10 ਅੰਬਾਲਾ ਪਹੁੰਚਣ ਤੋਂ ਬਾਅਦ 9:20 ਤੋਂ ਲੁਧਿਆਣਾ ਅਤੇ 12:30 ਤੇ ਜੰਮੂ ਪਹੁੰਚੇਗੀ। ਫਿਰ ਦੁਪਹਿਰ 2 ਵਜੇ ਤੱਕ ਤੁਹਾਨੂੰ ਕਟੜਾ ਪਹੁੰਚਾ ਦੇਵੇਗੀ। ਫਿਲਹਾਲ ਇਸ ਟ੍ਰੇਨ ਦਾ ਪਹਿਲਾ ਟ੍ਰਾਇਲ ਲਿਆ ਗਿਆ ਜੋ ਕਿ ਸਫਲ ਹੈ। ਮੈਂ ਤਾਂ ਬਹੁਤ ਅੱਛਾ ਲਗਾ ਜੀ, ਆਜ ਟ੍ਰਾਇਲ ਕੇ ਲਈ ਨਿਕਲੀ ਹੈ ਦਿੱਲੀ ਸੇ ਜੋ ਕਟੜਾ ਕੇ ਲੀਏ। ਅਬ ਯਹਾਂ ਪਰ ਲੁਧਿਆਣੇ ਮੇਂ ਖੜੀ ਹੈ ਟ੍ਰੇਨ, ਯੇ ਕਾਫੀ ਯਾਤਰੀ ਇਸਕੋ ਦੇਖਨੇ ਕੇ ਲੀਏ ਆਏ ਹੈਂ। ਇਸਕੀ ਸਪੀਡ ਕਿਆ ਹੈ ਜੀ ਜੋ ਆਪ ਸਫਰ, ਜੋ ਯੇ ਕਹਿ ਰਹੇ ਹੈ ਕਿ 110 ਕਿਲੋਮੀਟਰ ਪ੍ਰਤੀ ਘੰਟਾ ਕੀ ਰਫਤਾਰ ਸੇ ਚਲੇਗੀ। ਅਭੀ ਯੇ ਟ੍ਰਾਇਲ ਕੇ ਲੀਏ ਹੈ, ਯੇ ਅਭੀ ਯਾਤਰੀਓਂ ਕੀ ਸੁਵਿਧਾ ਕੇ ਲੀਏ ਨਹੀਂ ਸ਼ੁਰੂ ਹੋਈ ਹੈ। ਇਸਕੇ ਬਾਅਦ ਯੇ ਯਾਤਰੀਓਂ ਕੇ ਲੀਏ ਖੋਲ ਦੀ ਜਾਏਗੀ ਗਾੜੀ, ਔਰ ਇਸਮੇ ਹਰ ਤਰ੍ਹਾਂ ਕੀ ਵਾਈਫਾਈ ਸੁਵਿਧਾ ਹੈ, ਟੀਵੀ ਸੁਵਿਧਾ ਹੈ, ਅੱਛੀ ਸੀਟ ਹੈ। हमको ये लग रहा है कि ये एक बहुत अच्छा कदम है यात्रियों के लिए और बहुत खुशी की बात है। न्यू दिल्ली से कटरा कितनी देर में पहुंच जाएगी? ये जो कह रहे हैं कि 8 घंटे लेगी दिल्ली से, और हमारे जो माननीय प्रधानमंत्री नरेंद्र मोदी जी, हम उनको भी इस बात की बधाई देना चाहते हैं और रेलवे कर्मचारियों की भी इस चीज़ की बहुत बधाई देना चाहते हैं जिन्होंने बहुत भरसक प्रयत्न करके ऐसी गाड़ी को चलाया। आज एक गड्डी वंदे भारत दिल्ली तो कटरा लिए लुधियाने आई है। ਇਹ NRMU ਦੀ ਜਥੇਬੰਦੀ ਅਤੇ ARF ਦੇ ਸਹਿਯੋਗ ਨਾਲ ਲੁਧਿਆਣਾ ਦਾ ਕਰੂ ਗਾਰਡ ਇਹਦੇ ਵਿੱਚ ਚੜ੍ਹਿਆ। ਪਹਿਲਾਂ ਇਹ ਦਿੱਲੀ ਦੇ ਕਰੂ ਗਾਰਡ ਚੜ੍ਹਾਉਣ ਦੀ ਗੱਲ ਹੋ ਰਹੀ ਸੀ ਅਤੇ ਅਸੀਂ ਆਪਣੀ ਫਿਰੋਜ਼ਪੁਰ ਦੀ ਲੀਡਰਸ਼ਿਪ ਕਾਮਰੇਡ ਸ਼ਿਵਦਾ ਜੀ ਅਤੇ ਡਿਵੀਜ਼ਨ ਪ੍ਰੈਜੀਡੈਂਟ ਗਰਿਆਲ ਜੀ ਅਤੇ ਸਾਡੇ ਬ੍ਰਾਂਚ ਸੈਕਟਰੀ ਅਸ਼ੋਕ ਜੀ ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਆਪਣੇ ਕਰੂ ਗਾਰਡ ਇਹਦੇ ਵਿੱਚ ਚੜ੍ਹਾਏ ਅਤੇ ਗੱਡੀ ਨੂੰ ਅੱਗੇ ਕਟੜੇ ਲਈ ਰਵਾਨਾ ਕੀਤਾ। ਇਹ ਜਿਹੜੀ ਗੱਡੀ ਹੈ ਇਹਦੇ ਵਿੱਚ ਪਬਲਿਕਲੀ ਕਾਫੀ ਸਹੂਲਤ ਹੈ, ਦਿੱਲੀ ਤੋਂ ਲੈ ਕੇ ਕਟੜੇ ਦਾ 8 ਘੰਟੇ ਦੇ ਵਿੱਚ ਇਹ ਜਿਹੜਾ ਸਫ਼ਰ ਹੈ ਤੈਅ ਕਰੇਗੀ। ਗੱਡੀ ਦੀ ਸਹੂਲਤਾਂ ਦੇ ਵਿੱਚ AC ਦੀ ਕੂਲਿੰਗ ਬੜੀ ਸ਼ਾਨਦਾਰ ਹੈ, ਸਾਰੀਆਂ ਹੀ AC ਕਿ ਚੇਅਰ ਕਾਰ ਇਹ ਟ੍ਰੇਨ ਹੈਗੀ ਹੈ ਅਤੇ ਲੋਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਇਹ ਗੱਡੀ ਚਲਾਈ ਜਾਵੇ ਅਤੇ ਇਹ ਜਿਹੜੀ ਕਿ 8 ਘੰਟੇ ਦਾ ਬਹੁਤ ਹੀ ਘੱਟ ਸਮੇਂ ਤੋਂ ਸਫ਼ਰ ਤੈਅ ਕਰੇਗੀ। ਲੁਧਿਆਣਾ ਤੋਂ ਦਿੱਲੀ ਦਾ ਇਹਦਾ ਜਿਹੜੀ ਸਪੀਡ ਹੈਗੀ ਆ ਉਹ 130 ਕਿਲੋਮੀਟਰ ਪਰ ਆਵਰ ਹੈ ਅਤੇ ਅੱਗੇ ਲੁਧਿਆਣਾ ਤੋਂ ਕਟਰਾ 110 ਦੀ ਸਪੀਡ ਨਾਲ ਇਹ ਦੂਰੀ ਤੈਅ ਕਰੇਗੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।